ਮਹਾਰਾਜ ਸੱਚੇ ਪਾਤਸ਼ਾਹ ਸੰਸਾਰ ਦੇ ਵਿੱਚ ਰਹਿੰਦਿਆਂ ਸੰਸਾਰ ਦੀ ਨਾਸ਼ਵੰਤਤਾ ਜਿਹੜੀ ਹੈ ਉਹ ਜੀਵਨ ਨੂੰ ਦਰਸਾਉਂਦੇ ਨੇ। ਇਹਨਾਂ ਸਭੀ ਚੀਜ਼ਾਂ ਨੇ ਆਖਿਰ ਨੂੰ ਤੇਰਾ ਸਾਥ ਨਹੀਂ ਦੇਣਾ, ਤੇਰੇ ਸਾਹਮਣੇ ਇੱਕ ਦਿਨ ਮੌਤ ਨੇ ਆ ਜਾਣਾ ਹੈ, ਉਸਨੇ ਆ ਕੇ ਤੈਨੂੰ ਪਕੜ ਲੈਣਾ ਹੈ। ਇਹ ਸੰਸਾਰ ਦੀਆਂ ਵਸਤੂਆਂ ਨੇ ਤੈਨੂੰ ਛੁਡਾਉਣਾ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਹਰ ਜੀਵ, ਹਰ ਸਿੱਖ, ਹਰ ਜਗਿਆਸੂ ਨੂੰ ਉਪਦੇਸ਼ ਦਿੰਦੇ ਆ, ਇਹ ਬਚਨ ਕਰਦੇ ਨੇ ਆਪਣੇ ਆਪ ਨਾਲ ਗੱਲਾਂ ਕਰ, ਆਪਣੀ ਮਨ ਨਾਲ ਗੱਲਾਂ ਕਰ, ਦੂਜੇ ਨੂੰ ਸਮਝਾਉਣ ਦਾ ਯਤਨ ਨਾ ਕਰ, ਆਪਣੇ ਆਪ ਨੂੰ ਸਮਝਾ, ਆਪਣੇ ਮਨ ਨੂੰ ਸਮਝਾ, ਤੇਰਾ ਮਨ ਸਮਝ ਜਾਵੇ। ਜਿੰਨਾ ਚਿਰ ਮਨ ਨਹੀਂ ਸਮਝਿਆ ਉਨਾ ਚਿਰ ਕੁਝ ਵੀ ਨਹੀਂ ਹੋਣਾ। ਮਹਾਰਾਜ ਕਹਿੰਦੇ ਕੁਝ ਸੁਣਦਾ ਤਾਂ ਵੀ ਮਨ ਨੂੰ ਸਮਝਾਉਣ ਵਾਸਤੇ, ਕੁਝ ਵਿਚਾਰਦਾ ਮਨ ਨੂੰ ਸਮਝਾਉਣ ਵਾਸਤੇ ਵਿਚਾਰ, ਅਤੇ ਕੁਝ ਪੜ੍ਹਨਾ ਕਰਦਾ ਹੈ ਅਤੇ ਪੜ੍ਹਨਾ ਚਾਹੁੰਦਾ ਹੈ ਉਹ ਕੇਵਲ ਮਨ ਨੂੰ ਸਮਝਾਉਣ ਵਾਸਤੇ ਪੜ੍ਹਨਾ ਕਰ। ਮਨ ਸਮਝਾਵਣ ਕਾਰਨੇ ਕਛੂਅਕ ਪੜ੍ਹੀਏ ਗਿਆਨ, ਮਨ ਨੂੰ ਸਮਝ ਪੈ ਜਾਵੇ, ਮਨ ਵਿੱਚ ਸਮਝੀ ਦੇ ਆਲਮ ਵਿੱਚ। ਮਹਾਰਾਜ ਕਿਰਪਾ ਕਰਦੇ ਨੇ ਜੋ ਮਨ ਦੇ ਫੁਰਨੇ ਸਨ, ਜੋ ਮਨ ਦੇ ਵਿਚਾਰ ਸਨ, ਮਨ ਤਰ੍ਹਾਂ ਤਰ੍ਹਾਂ ਦੇ ਫੁਰਨੇ ਉਤਪੰਨ ਕਰਦਾ ਹੈ, ਤਰ੍ਹਾਂ ਤਰ੍ਹਾਂ ਦੇ ਖਿਆਲਾਤ ਪੈਦਾ ਕਰਦਾ ਹੈ। ਇਹਦੇ ਵਾਲੇ ਖਿਆਲਾਤ ਪੂਰੇ ਮਨ ਵਾਲੇ ਨਹੀਂ ਹੁੰਦੇ, ਅਤੇ ਪੂਰੇ ਕਿਹੜੇ ਹੁੰਦੇ ਆ? ਜੋ ਮਾਲਕ ਵਾਲੇ ਹੁੰਦੇ ਨੇ, ਜੋ ਮਾਲਕ ਚਾਹੁੰਦਾ ਹੈ ਹੁੰਦਾ ਉਹ ਆ, ਮਨ ਚਾਹੇ ਉਹ ਨਹੀਂ ਹੁੰਦਾ, ਹੁੰਦਾ ਉਹ ਹੈ ਜੋ ਮਾਲਕ ਚਾਹੇ, ਵਾਹਿਗੁਰੂ ਚਾਹੇ। ਕਈ ਵਾਰ ਐਸੇ ਕਾਰਜ, ਐਸੀਆਂ ਵਸਤੂ ਮਿਲ ਜਾਂਦੀਆਂ ਨੇ, ਕਹਿੰਦੇ ਮੈਂ ਤਾਂ ਕਦੇ ਸੋਚਿਆ ਹੀ ਨਹੀਂ ਸੀ, ਇਹ ਤਾਂ ਮੇਰੇ ਮਨ ਅੰਦਰ ਖਿਆਲ ਹੀ ਨਹੀਂ ਆਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਕਰਕੇ ਜੋ ਮਨ ਦੀ ਚਿਤਵਣੀ ਸੀ ਮਨੁੱਖ ਦੀ ਪੂਰੀ ਨਾ ਹੋ ਸਕੀ, ਆਖਿਰ ਤੱਕ ਮਨ ਦੇ ਵਿੱਚ ਰਹਿ ਗਏ ਅਤੇ ਮਨੁੱਖ ਸੰਸਾਰ ਤੋਂ ਉੱਠ ਕੇ ਚੱਲ ਪਿਆ। ਮਹਾਰਾਜ ਕਿਰਪਾ ਕਰਦੇ ਮਨ ਕੀ ਮਨ ਹੀ ਮਾਹ ਰਹੀ, ਮਨ ਦੀ ਵਿਚਾਰ, ਮਨ ਦੇ ਖਿਆਲਾਤ, ਮਨ ਦੀ ਸੂਝ ਬੂਝ, ਮਨ ਦੀ ਵਿਚਾਰਧਾਰਾ ਉਹ ਮਨ ਦੇ ਵਿੱਚ ਹੀ ਰਹਿ ਗਏ, ਪੂਰੀ ਨਹੀਂ ਹੋਈ, ਪੂਰਨਤਾ ਨਹੀਂ ਆਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਈ ਨਾ ਹਰ ਭਜੇ, ਜਿੰਨਾ ਸਮਾਂ ਮਿਲਿਆ ਸੀ ਪਰਮਾਤਮਾ ਨੇ ਬਖਸ਼ਿਸ਼ ਕੀਤਾ ਸੀ ਉਸ ਸਮੇਂ ਦੇ ਅੰਦਰ ਰਹਿ ਕੇ ਹਰੀ ਵੱਲ ਨੂੰ ਤੁਰੇ ਨਹੀਂ, ਨਾ ਬਾਹਰੋਂ ਨਾ ਅੰਦਰੋਂ, ਨਾ ਹਰ ਭਜੇ ਨਾ ਹਰੀ ਨੂੰ ਜਪਿਆ ਆਰਾਧਿਆ, ਨਾ ਤੀਰਥ ਸੇਵੇ, ਨਾ ਸੇਵਾ ਨਾ ਤੀਰਥਾਂ 'ਤੇ ਜਾ ਕੇ ਔਰ ਪ੍ਰਭੂ ਨੂੰ ਯਾਦ ਕੀਤਾ, ਯਾਤਰਾ ਆਦਿ ਕੀਤੀ, ਪ੍ਰਭੂ ਨੂੰ ਪਾਉਣ ਲਈ, ਜੀਵਨ ਨੂੰ ਸਫਲਤਾ ਸਹਿਤ ਕਰਨ ਲਈ, ਕਿਉਂਕਿ ਉਸ ਵਕਤ
ਧਾਰਮਿਕ ਦੁਨੀਆ ਦੇ ਲੋਕ ਬਹੁਤਾਤ ਅੰਦਰ ਤੀਰਥਾਂ ਦੇ ਕਿਨਾਰੇ ਵੱਸਦੇ ਸਨ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਨਾ ਤੀਰਥ ਸੇਵੇ ਚੋਟੀ ਕਾਲ ਗਏ। ਜ਼ਿੰਦਗੀ ਦੇ ਵਿੱਚ ਕੁਝ ਵੀ ਨਾ ਕੀਤਾ, ਕਾਲ ਮੌਤ ਨੇ ਆ ਕੇ ਚੋਟੀ ਸਿਰ ਤੋਂ ਪਕੜ ਲੈਣਾ ਕੀਤਾ, ਕੇਸਾਂ ਤੋਂ ਪਕੜ ਲੈਣਾ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚੋਟੀ ਕਾਲ ਗਹੀ, ਚੋਟੀ ਕਹਿੰਦੇ ਨੇ ਲਟ ਨੂੰ, ਕੇਸਾਂ ਦੀ ਲਟ ਨੂੰ, ਗੁੰਦੇ ਹੋਏ ਚੋਟੀ ਬਣਾਈ ਹੈ ਵਾਲਾਂ ਦੀ, ਜਿਸ ਤਰ੍ਹਾਂ ਗੁੱਤ ਗੁੰਦੀ ਹੁੰਦੀ ਹੈ। ਚੋਟੀ ਕਾਲ ਗਹੀ, ਕਾਲ ਨੇ ਆ ਕੇ ਪਕੜ ਲਿਆ ਹੈ। ਅਤੇ ਮਹਾਰਾਜ ਕਬੀਰ ਸਾਹਿਬ ਵੀ ਕਹਿੰਦੇ ਆ, ਜੋ ਜਮ ਆਏ ਕੀਸ ਗਹਿ ਪਟਕੇ, ਤਾਂ ਦਿਨ ਕਿਛ ਨਾ ਬੁਸਾਹੇਗਾ। ਉਹ ਚੋਟੀ ਤੋਂ ਪਕੜ ਲੈਣਾ ਕੀਤਾ ਹੈ, ਔਰ ਮੈਨੂੰ ਹੁਣ ਛੁਟਕਾਰਾ ਮਿਲੇ ਨਹੀਂ ਮਿਲੇਗਾ। ਮਹਾਰਾਜ ਕਹਿੰਦੇ ਆ, ਜਤਨ ਬਹੁਤ ਸੁੱਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ। ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਮਨੁੱਖ ਨੇ ਸੰਸਾਰ ਵਿੱਚ ਰਹਿੰਦਿਆਂ ਨਾ ਜਿੰਨੇ ਉਪਰਾਲੇ ਕੀਤੇ ਨੇ, ਜਿੰਨੇ ਯਤਨ ਕੀਤੇ, ਜਿੰਨੀ ਚਿਤਵਣੀ ਚਿਤਵੇ, ਜਿੰਨੇ ਉਪਰਾਲੇ ਕਰਦਾ ਰਿਹਾ, ਸਾਰੇ ਸੁੱਖ ਵਾਸਤੇ ਹੀ ਕਰਦਾ ਰਿਹਾ। ਦੁੱਖ ਕੋ ਕੀਓ ਨਾ ਕੋਏ, ਦੁੱਖ ਵਾਸਤੇ ਕੋਈ ਯਤਨ ਨਹੀਂ ਕੀਤਾ। ਦੁੱਖ ਵਾਸਤੇ ਕੋਈ ਮਨੁੱਖ ਚਿਤਵਦਾ ਕਿ ਮੈਨੂੰ ਦੁੱਖ ਮਿਲੇ, ਮੇਰੇ ਨਾਲ ਕੋਈ ਅਨਸਖਾਵੀਂ ਘਟਨਾ ਘਟੇ, ਨਹੀਂ ਕਹਿੰਦਾ, ਐਸਾ ਨਹੀਂ ਕਹਿੰਦਾ। ਦੁੱਖ ਦਾ ਯਤਨ ਨਹੀਂ ਕੀਤਾ, ਸੁੱਖ ਵਾਸਤੇ ਪ੍ਰਾਰਥਨਾਵਾਂ ਵੀ ਕੀਤੀਆਂ ਨੇ, ਮਨ ਦੇ ਖਿਆਲ ਇੱਛਾਵਾਂ ਵੀ ਪ੍ਰਗਟ ਕੀਤੀਆਂ, ਯਤਨ ਵੀ ਕੀਤੇ ਨੇ, ਪਰ ਉਹਦੇ ਵਿਪਰ ਜੇ ਮਿਲਿਆ ਦੁੱਖ, ਦੁੱਖ ਤਾਂ ਮੰਗਿਆ ਹੀ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਦੁੱਖ ਆਪਣੇ ਆਪ ਆ ਗਿਆ, ਇਹ ਪਰਮਾਤਮਾ ਦੀ ਭੇਜੀ ਵਸਤੂ ਹੈ। ਮਿਲਣਾ ਉਹ ਜੋ ਪਰਮਾਤਮਾ ਚਾਹੁੰਦਾ, ਤੂੰ ਸੁੱਖ ਚਾਹਿਆ ਮਿਲਿਆ, ਤੈਨੂੰ ਦੁੱਖ ਹੈ, ਸੁੱਖ ਮੰਗਿਆ ਦੁੱਖ ਅੱਪੇ ਆ ਗਿਆ। ਤਾਂ ਹੀ ਮਹਾਰਾਜ ਕਬੀਰ ਸਾਹਿਬ ਕਹਿੰਦੇ ਆ, ਮੰਗੀ ਦਾ ਸੁੱਖ ਆ ਦੁੱਖ ਜਾਂਦਾ, ਮੈਂ ਨਹੀਂ ਮੰਗਦਾ, ਮੈਨੂੰ ਨਹੀਂ ਚਾਹੀਦਾ। ਸੁੱਖ ਮੰਗਤ ਦੁੱਖ ਆਗੇ ਆਵੇ, ਸੋ ਸੁੱਖ ਹਮੂੰ ਨਾ ਮੰਗਿਆ ਭਾਵੇ। ਮੈਨੂੰ ਨਹੀਂ ਚਾਹੀਦਾ ਐਸਾ ਸੁੱਖ ਜਿਹਦੇ ਮਗਰ ਦੁੱਖ ਨਾਲ ਹੀ ਆ ਜਾਂਦਾ ਹੈ, ਦੁੱਖ ਮੂਹਰੇ ਆ ਜਾਂਦਾ ਹੈ। ਮਹਾਰਾਜ ਕਹਿੰਦੇ, ਤੂੰ ਰੱਬ ਨੂੰ ਮੰਗ, ਦੁੱਖ ਨਹੀਂ ਆਵੇਗਾ, ਸੁੱਖ ਮਿਲੇਗਾ। ਸੁੱਖ ਮੰਗਿਆ ਅਤੇ ਦੁੱਖ ਆ ਗਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਦੁੱਖ ਲਈ ਤਾਂ ਉਪਰਾਲਾ ਵੀ ਕੋਈ ਨਹੀਂ ਕੀਤਾ, ਆਪਣੇ ਆਪ ਮਿਲਿਆ ਹੈ। ਅਤੇ ਫਿਰ ਸੱਜਣਾ, ਹਰ ਵਸਤੂ ਤੈਨੂੰ ਆਪਣੇ ਆਪ ਮਿਲ ਰਹੀ ਹੈ, ਤੇਰੇ ਮਨ ਦੇ ਖਿਆਲਾਂ ਨਾਲ ਨਹੀਂ, ਤੇਰੀ ਮੁਸ਼ੱਕਤ ਨਾਲ ਨਹੀਂ। ਤੂੰ ਚੱਲਦਾ ਮਿਲਦਾ ਉਹ ਆ ਜੋ ਮਾਲਕ ਦੇਣਾ ਚਾਹੁੰਦਾ ਹੈ, ਨਹੀਂ ਤਾਂ ਬੜੇ ਯਤਨ ਕਰੀ ਦੇ ਕਈ ਵਾਰ ਕਾਰਜ ਬੰਦਾ ਬੰਦਾ ਅਟਕ ਜਾਂਦਾ ਹੈ, ਉਹ ਅਜੇ ਪੂਰਾ ਨਹੀਂ ਸੀ ਹੋਣਾ, ਤਾਂ ਨਹੀਂ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਦੁੱਖ ਦਾ ਕੋਈ ਯਤਨ ਨਹੀਂ ਕੀਤਾ, ਦੁੱਖ ਫਿਰ ਵੀ ਮਿਲ ਗਿਆ। ਸੁੱਖ ਵਾਸਤੇ ਔਰ ਬਹੁਤ ਯਤਨ ਕੀਤੇ ਨੇ, ਸੁੱਖ ਫਿਰ ਵੀ ਨਹੀਂ ਮਿਲਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਇਸ ਕਰਕੇ ਸੰਸਾਰ ਦੇ ਅੰਦਰ ਆਇਆ, ਯਾਦ ਰੱਖ ਦੁੱਖ ਹੈ ਮੌਤ ਦਾ ਆਉਣਾ, ਜਮਨ ਦਾ ਪਕੜਨਾ, ਸੁੱਖ ਹੈ
ਸੁਖਾਲੇ ਢੰਗ ਨਾਲ ਜੀਵਨ ਨੂੰ ਬਸਰ ਕਰਨਾ। ਹੁਣ ਮੌਤ ਕਿਸੇ ਨੇ ਮੰਗੀ ਨਹੀਂ ਹੈ, ਉਹ ਆਪਣੇ ਆਪ ਆ ਗਈ ਹੈ। ਅਖੀਰਲੀ ਸ਼ਈਆ 'ਤੇ ਪਿਆ ਹੋਇਆ ਮਨੁੱਖ, ਸੇਜਾ 'ਤੇ ਪਿਆ ਹੋਇਆ ਮਨੁੱਖ ਵੀ ਕਹਿੰਦਾ ਹੈ ਬਈ ਮੈਨੂੰ ਸੁੱਖ ਮਿਲ ਜਾਵੇ, ਜ਼ਿੰਦਗੀ ਮਿਲ ਜਾਏ, ਆਰੋਗਤਾ ਮਿਲ ਜਾਏ। ਪਾਸੇ ਵਾਲੇ ਤੱਕ ਰਹਿਣਗੇ ਅਰਦਾਸਾਂ, ਬਈ ਅਰਦਾਸ ਕਰ ਦਿਓ ਬਈ ਇਹਦਾ ਖਹਿੜਾ ਛੁੱਟ ਜਾਏ, ਪਰ ਉਹਨੂੰ ਪੁੱਛ ਕੇ ਦੇਖੋ, ਉਹ ਕਹੇਗਾ ਨਹੀਂ, ਇਹ ਅਰਦਾਸ ਕਰ ਦਿਓ ਵੀ ਮੈਂ ਆਪਣੇ ਕਦਮਾਂ 'ਤੇ ਖੜ੍ਹਾ ਹੋ ਸਕਾਂ। ਮਹਾਰਾਜ ਸਾਹਿਬ ਕਹਿੰਦੇ ਮਨੁੱਖ ਤਾਂ ਇਹ ਚਾਹੁੰਦਾ ਹੈ, ਪਰ ਹੋਣਾ ਉਹ ਆ ਜੋ ਪਰਮਾਤਮਾ ਚਾਹੁੰਦਾ ਹੈ, ਹੁੰਦਾ ਹੀ ਉਹ ਆ ਜੋ ਪਰਮਾਤਮਾ ਚਾਹੁੰਦਾ ਹੈ। ਮਹਾਰਾਜ ਸਾਹਿਬ ਕਹਿੰਦੇ ਇਹ ਆਪਣੇ ਸੁੱਖ ਵਿੱਚ, ਆਪਣੀਆਂ ਸੁਵਿਧਾਵਾਂ ਦੇ ਵਿੱਚ ਇੰਨਾ ਗੁਲਤਾਨ ਮੌਤ ਚੇਤੇ ਨਹੀਂ। ਕਹਿੰਦੇ ਨਦੀ ਦੇ ਅੰਦਰ, ਦਰਿਆਵ ਦੇ ਅੰਦਰ ਮੱਛੀਆਂ ਨੇ ਬੜੀਆਂ ਛਲਾਂਗਾਂ ਲਾਉਂਦੀਆਂ ਨੇ, ਮੌਤ ਚੇਤੇ ਨਹੀਂ। ਉਹਨਾਂ ਨੂੰ ਜਿਹੜਾ ਹੈ ਵੱਡੀ ਮੱਛੀ ਨਿਗਲ ਜਾਂਦੀ ਹੈ, ਕੋਈ ਪਤਾ ਨਹੀਂ ਲੱਗਦਾ। ਹੁਣ ਉਹਨਾਂ ਨੇ ਕਿਹੜਾ ਇਹ ਸੋਚਿਆ ਹੁੰਦਾ ਵੀ ਸਾਨੂੰ ਨਿਗਲ ਜਾਏ, ਉਸ ਮੱਛੀ ਨੂੰ ਅੱਗੇ ਮੱਛੀਆਂ ਨਿਗਲ ਜਾਂਦੀਆਂ ਨੇ। ਇੱਕ ਉਸ ਨਦੀ ਦੇ ਕਿਨਾਰੇ ਮੱਛੀਆਂ ਖਾਣ ਵਾਲਾ ਪੰਛੀ ਬੈਠਾ, ਬਗਲਾ ਆਦਿ, ਅਤੇ ਉਹ ਮੱਛੀਆਂ ਜਦੋਂ ਕੋਲ ਦੀ ਭੱਜ ਕੇ ਲੰਘਦੀਆਂ ਨੇ, ਉਹ ਆਪਣਾ ਕੰਮ ਕਰਦਾ ਹੈ, ਉਹਨੂੰ ਦਬੋਜ ਕੇ ਖਾ ਜਾਂਦਾ ਹੈ, ਪਤਾ ਉਹਨੂੰ ਵੀ ਨਹੀਂ। ਅਤੇ ਜਿਹੜਾ ਮੱਛੀ ਖਾ ਰਿਹਾ, ਪਤਾ ਉਹਨੂੰ ਵੀ ਨਹੀਂ ਆਪਣੀ ਮੌਤ ਦਾ। ਕਹਿੰਦੇ ਉਹ ਮੱਛੀ ਨੂੰ ਵੇਖ ਕੇ ਬਾਜ਼ ਪੈਂਦਾ ਹੈ, ਵਿੱਚੇ ਬਗਲੇ ਨੂੰ ਮਰੋੜ ਕੇ ਧਰ ਦਿੰਦਾ ਹੈ। ਮਹਾਰਾਜ ਬਾਬਾ ਫਰੀਦ ਸਾਹਿਬ ਨੇ ਵੀ ਕਿਹਾ, ਕਹਿਣ ਲੱਗੇ ਸੱਜਣਾ ਇਹ ਮੌਤ ਦਾ ਕਿਸੇ ਨੂੰ ਨਹੀਂ ਉਹ ਪਤਾ, ਇਹਨੂੰ ਚੇਤੇ ਕਰ ਅਤੇ ਆਉਣੀ ਸਭਨਾ ਨੂੰ ਹੈ। ਇਹ ਮਤ ਸਮਝਣਾ ਕਿ ਮੈਨੂੰ ਸਰੀਰਕ ਤੌਰ 'ਤੇ ਜਾਣਾ ਨਹੀਂ ਪਵੇਗਾ, ਇਹ ਸਾਰਿਆਂ ਨੇ ਛੱਡਣਾ ਹੈ। ਕੌਣ ਰਿਹਾ ਹੈ ਰਾਣਾ ਰਾਉ ਨਾ ਕੂਰ ਹੈ, ਰੰਗ ਨਾ ਤੁੰਗ ਫਕੀਰ, ਵਾਰੀ ਆਪੂ ਆਪਣੀ, ਕੋਈ ਨਾ ਬੰਦੇ ਧੀਰ, ਧੀਰਜ ਕਰਕੇ ਕੋਈ ਟਿਕ ਨਹੀਂ ਸਕਿਆ, ਸਭਨਾ ਨੂੰ ਚੱਲਣਾ ਪਿਆ ਹੈ। ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਦਰਿਆਵੇ ਕੰਨਹਿ ਬਗਲਾ ਬੈਠਾ ਕੇਲ ਕਰੇ, ਕੇਲ ਕਰਦਾ ਮੱਛੀਆਂ ਨੂੰ ਪਕੜਦਾ ਹੈ, ਸਿੱਟਦਾ ਹੈ, ਬੁੱਚ ਲੈਂਦਾ ਹੈ, ਖਾਂਦਾ ਹੈ। ਕਿਸੇ ਨੂੰ ਮ੍ਰਿਤੂ ਦੇ ਘਾਟ ਉਤਾਰਦਾ ਹੈ, ਕਿਸੇ ਨੂੰ ਆਪਣਾ ਭੋਜਨ ਬਣਾਉਂਦਾ ਹੈ, ਆਪ ਨੂੰ ਕੋਈ ਪਤਾ ਨਹੀਂ ਮੇਰੇ ਨਾਲ ਕੀ ਹੋਵੇਗਾ, ਕਿਸੇ ਨੂੰ ਖਾਂਦਾ ਹੈ, ਆਪਦਾ ਪਤਾ ਨਹੀਂ। ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਦਰਿਆਵੇ ਕੰਨੈ ਬਗਲਾ ਬੈਠਾ ਕੇਲ ਕਰੇ, ਕੇਲ ਕਰਿੰਦੇ ਹੰਜ ਨੂੰ ਅਚਿੰਤੇ ਬਾਜ ਪਏ, ਅਚਨਚੇਤ, ਕੋਈ ਚੇਤੇ ਨਹੀਂ ਸੀ। ਜਿਹਨੂੰ ਪਤਾ ਹੁੰਦਾ ਉਡਾਰੀ ਮਰ ਜਾਂਦਾ, ਪਤਾ ਹੁੰਦਾ ਆਸਾ ਪਾਸਾ ਵੱਟ ਲੈਂਦਾ। ਮਨੁੱਖ ਕਹਿੰਦਾ ਨਾ ਜੇ ਮੈਨੂੰ ਪਤਾ ਹੁੰਦਾ ਮੈਂ ਫਲਾਣੇ ਥਾਂ ਨਾ ਜਾਂਦਾ, ਮੇਰਾ ਇੰਨਾ ਨੁਕਸਾਨ ਹੋ ਜਾਣਾ ਹੈ, ਮੇਰੇ ਨਾਲ ਘਟਨਾ ਵਾਪਰਨੀ ਸੀ, ਮੈਂ ਫਲਾਨਾ ਕੰਮ ਨਾ ਕਰਦਾ, ਪਰ ਉਹ ਅਚਨਚੇਤ ਹੈ, ਪਤਾ ਨਹੀਂ। ਅਚਿੰਤੇ ਬਾਜ ਪਏ, ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ। ਕਹਿਣ ਲੱਗੇ ਜਿੰਨੀਆਂ ਕਲੋਲਾਂ ਕਰਦਾ ਸੀ ਨਾ ਸਭ ਵਿਸਰ ਗਈਆਂ। ਜਦੋਂ ਮੌਤ ਆ ਗਈ ਨਾ, ਉਦੋਂ ਸਭ ਸੋਚਾਂ ਖਤਮ ਹੋ ਗਈਆਂ, ਸਭ ਕਹਾਣੀ ਖਤਮ ਹੋ ਗਈ, ਕੇਲਾਂ ਵਿਸਰੀਆਂ। ਜੋ ਮਨ ਚਿੱਤ ਨਾ ਚੇਤੇ ਸਾਨਾ, ਸੋ ਗੱਲ ਹੀ ਰੱਬ ਕੀਆਂ।
ਮਹਾਰਾਜ ਸਾਹਿਬ ਕਹਿੰਦੇ ਹੁੰਦਾ ਓਏ, ਆਪਣੇ ਮਨ ਨੂੰ ਸਮਝਾ ਕਿ ਜਿਉਂਦੇ ਜੀ ਮਾਲਕ ਨੂੰ ਅਰਾਦ ਤੇਰੇ ਨਾਲ ਹੋਣਾ ਉਹ ਆ, ਸੰਸਾਰ ਵਿੱਚ ਹੋਣਾ ਉਹ ਆ ਜੋ ਗੁਰੂ ਚਾਹੁੰਦਾ ਹੈ। ਮਤ ਜਾਣ ਕਿ ਮੈਨੂੰ ਫਲਾਨਾ ਬਚਾ ਲਵੇਗਾ ਜਾਂ ਫਲਾਨਾ ਆ ਕਰ ਦੇਵੇਗਾ, ਕੋਈ ਕੁਝ ਨਹੀਂ ਕਰ ਸਕਦਾ, ਪ੍ਰਭੂ ਹੀ ਕਰ ਸਕਦਾ ਹੈ। ਜੇ ਐਸਾ ਕੁਝ ਹੁੰਦਾ ਦਿੱਲੀ ਦੇ ਚਾਂਦਨੀ ਚੌਂਕ ਦੇ ਅੰਦਰ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਉਹਨਾਂ ਅੱਗੇ ਤਾਂ ਇਹ ਜਿਹੜੀ ਪੇਸ਼ਕਸ਼ ਕੀਤੀ ਗਈ ਸੀ, ਤੁਹਾਨੂੰ ਜਿਹੜਾ ਆ ਪੀਰ ਬਣਾ ਦਿਆਂਗੇ ਸਲਾਮ ਦੇ, ਜੇ ਤੁਸੀਂ ਸਲਾਮ ਕਬੂਲ ਕਰ ਲਓ, ਗੁਰੂ ਤੇਗ ਬਹਾਦਰ ਸਾਹਿਬ ਨੂੰ ਛੱਡ ਦੇਵੋ ਅਤੇ ਆਪਣੀ ਜ਼ਿੰਦਗੀ ਜਿਉਵੋ। ਅਤੇ ਇਹਨਾਂ ਗੁਰੂ ਕੇ ਸਿੱਖਾਂ ਨੇ ਪਤਾ ਕੀ ਕਿਹਾ, ਕਹਿੰਦੇ ਫਿਰ ਮੌਤ ਨਹੀਂ ਆਵੇਗੀ, ਕਹਿਣ ਲੱਗੇ ਆਵੇਗੀ, ਸਰੀਰ ਫਿਰ ਵੀ ਛੱਡਣਾ ਪਏਗਾ। ਅਤੇ ਕਹਿੰਦੇ ਫਿਰ ਜ਼ਰੂਰੀ ਹੈ ਤੇਰੇ ਕਹੇ 'ਤੇ ਗੁਰੂ ਵਾਲਾ ਪਾਸਾ ਛੱਡਣਾ। ਕਹਿਣ ਲੱਗੇ ਬੜੇ ਭੋਜਨ ਪਦਾਰਥ ਉਹਨਾਂ ਦਾ ਆਨੰਦ ਮਾਣੋ। ਅਤੇ ਭਾਈ ਮਤੀ ਦਾਸ ਕਹਿੰਦੇ ਨੇ ਬਈ ਸੱਜਣਾ, ਮੈਂ ਬੜੇ ਪਦਾਰਥ ਗੁਰੂ ਘਰ 'ਚ ਛਕੇ ਨੇ, ਅਤੇ ਜੇ ਤੂੰ ਆਖੇ ਦੌਲਤ ਸ਼ੋਹਰਤ, ਅਤੇ ਮੈਂ ਗੁਰੂ ਘਰ ਦਾ ਦੀਵਾਨ ਵੀ ਰਿਹਾ, ਅਤੇ ਇਸ ਕਰਕੇ ਮੈਂ ਸਭ ਕੁਝ ਦੇਖਿਆ, ਅਤੇ ਜਿਹੜੇ ਤੂੰ ਆਰੇ ਦੀ ਗੱਲ ਕਰਨਾ ਹੈ ਨਾ, ਮੈਂ ਉਹ ਨਹੀਂ